ਸਿੱਖ ਕੌਮ ਦੇ ਮਹਾਨ ਬੁਲਾਰਾ ਬੇਦਾਗ, ਦੁਨੀਆ ਪ੍ਰਤੀ ਸਿੱਖ ਸਿਆਸਤ ਦੇ ਥੰਬ, ਲੋਕਾਂ ਦੇ ਮਸੀਹਾ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਵਰਗੀ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਜੀ ਦੀ ਬਰਸੀ ਬੀਤੇ ਦਿਨੀ ਬੜੀ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਦੂਰੋਂ ਦੂਰੋਂ ਰਾਜਨੀਤੀ ਧਾਰਮਿਕ ਸ਼ਖਸੀਅਤਾਂ ਪੁੱਜੀਆਂ, ਜਿਨ੍ਹਾਂ ਨੇ ਸਵਰਗੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੇਸ਼ ਹੈ ਇੱਕ ਰਿਪੋਰਟ। ਅੱਜ ਅਸੀਂ ਪੰਜਾਬ ਔਰ ਦੇਸ਼ ਦੀ ਜਿਨ੍ਹਾਂ ਨੇ ਬਰਨਾਲਾ ਦਾ ਨਾਂ ਕੇਵਲ ਦੇਸ਼ ਵਿੱਚ ਨਹੀਂ ਬਲਕਿ ਵਿਸ਼ਵ ਪੱਧਰ ਤੇ ਉਹਨਾਂ ਨੇ ਬਹੁਤ ਵੱਡਾ ਮਾਣ ਦਵਾਇਆ, ਸਵਰਗਵਾਸੀ ਸਰਦਾਰ ਜੁੜ ਬੈਠੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ। ਪਿਛਲੇ ਸਾਲ ਅਕਾਲ ਚਲਾਣ ਕਰ ਗਏ ਸੀ, ਗੁਰੂ ਨੂੰ ਪਿਆਰੇ ਹੋ ਗਏ ਸੀ, ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸੀ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਮ ਦੇ ਮਹਾਂਵਾਕਾਂ ਅਨੁਸਾਰ ਅੱਜ ਉਹਨਾਂ ਦੇ ਧਰਮ ਸਪਤਨੀ ਬੀਬੀ ਸੁਰਜੀਤ ਕੌਰ ਜੀ ਬਰਨਾਲਾ, ਸੁਰਜੀਤ ਸਿੰਘ ਬਰਨਾਲਾ
ਜਿਹੜੇ ਸਧਾਰਨ ਆਪਣੇ ਐਡਵੋਕੇਟ ਦੇ ਤੌਰ ਤੇ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਰਾਜਨੀਤੀ ਦੇ ਵਿੱਚ ਜੂਝਦੇ ਹੋਏ ਅੱਜ ਕੌਮ ਦੀ ਤਾਰੀਖ ਦਾ ਅਨੁਮਾਨ ਬਣੇ ਨੇ। ਉਹਨਾਂ ਦੇ ਕੀਤੇ ਹੋਏ ਕੰਮ ਬਤੌਰ ਮੁੱਖ ਮੰਤਰੀ ਦੇ ਨਾਲ ਇੱਕ ਬਹੁਤ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦਾ। ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਉੱਤਰਾਖੰਡ ਦੇ ਗਵਰਨਰ ਸੀ, ਜਿੱਥੇ ਜਿੱਥੇ ਵੀ ਮੈਂ ਸਮਝਦਾ ਕਿ ਗਵਰਨਰ ਰਹੇ ਸੁਰਜੀਤ ਸਿੰਘ ਬਰਨਾਲਾ ਸਾਹਿਬ, ਉਹਨਾਂ ਨੇ ਪੰਜਾਬੀਆਂ ਦੇ ਲਈ ਤੇ ਮਨੋਰਟੀ ਦੇ ਲਈ, ਸਿੱਖਾਂ ਦੇ ਲਈ ਉੱਥੇ ਵੀ ਆਪਣਾ ਕੰਮਾਂ ਦੇ ਉੱਪਰ ਪਹਿਰਾ ਦਿੰਦੇ ਹੋਏ ਉਹਨਾਂ ਦੀ ਬਾਂਹ ਫੜੀ। ਅੱਜ ਸਾਡੇ ਉੱਤਰਾਖੰਡ ਦੇਹਰਾਦੂਨ ਦੇ ਵਿੱਚ ਦੇ ਵਿੱਚੋਂ ਉਸ ਅਜੀਮ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਦੀ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਬੀਬੀ ਸੁਰਜੀਤ ਕੌਰ ਜੀ ਬਰਨਾਲਾ, ਗਗਨਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਜਿੱਥੇ ਬਾਦਲ ਸਾਹਿਬ ਇਸ ਦੁੱਖ ਦੀ ਘੜੀ ਆਪਣੇ ਵੱਲੋਂ ਤਸ਼ਰੀਫ ਫਰਮਾਨ ਨੇ, ਉੱਥੇ ਆਪ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪੰਡਾਲ ਦੇ ਵਿੱਚ ਹਾਜ਼ਰ ਹੋ। ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਦਰ ਸਨਮਾਨ ਅਤੇ ਸਤਿਕਾਰ ਦੇ ਨਾਲ ਫਤਿਹ ਅਰਜ ਕਰਨ ਲੱਗਿਆ ਕਬੂਲ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤੋਲ ਦਿਓ ਇਹੋ ਜਿਹੜੇ ਉਹਨਾਂ ਦੇ ਪਿਆਰੇ ਖਿਆਲਾਤ ਸਨ। ਦੂਸਰੀ ਗੱਲ, ਜਦੋਂ ਵੀ ਕਦੇ ਉਹਨਾਂ ਨੇ ਗੱਡੀ ਦੇ ਵਿੱਚ ਬੈਠਣਾ ਤੇ ਜਿੰਨਾ ਚਿਰ ਅਰਦਾਸ ਨਾ ਕਰਨੀ, ਅਰਦਾਸ ਪੂਰੀ ਨਾ ਹੋਣੀ ਤੇ ਉਹਨਾਂ ਚਿਰ ਕਿਸੇ ਨਾਲ ਗੱਲ ਨਹੀਂ ਕਰਦੇ ਸਨ। ਹੋਰ ਅਨੇਕਾਂ ਗੱਲਾਂ ਉਹਨਾਂ ਦੀਆਂ ਸਿੱਖਣ ਵਾਲੀਆਂ ਸਨ ਜਿਹੜੀਆਂ ਉਹਨਾਂ ਦੇ ਨਾਲ ਰਹਿ ਕੇ ਅਸੀਂ ਸਾਰਿਆਂ ਨੇ ਦੇਖੀਆਂ ਤੇ ਸੁਣੀਆਂ ਤੇ ਸਿੱਖੀਆਂ। ਇਸ ਕਰਕੇ ਮੈਂ ਸਮਝਦਾ ਤੁਹਾਡੇ ਕੋਲ ਵੀ ਉਹਨਾਂ ਦਾ ਬਹੁਤ ਵੱਡਾ ਖਜ਼ਾਨਾ ਹੈ। ਸੋ ਮੈਂ ਬਹੁਤਾ ਲੰਬਾ ਨਾ ਜਾਂਦਾ ਹੋਇਆ ਬੜੀ ਸ਼ਰਧਾ ਸਤਿਕਾਰ ਦੇ ਨਾਲ ਜਿੱਥੇ ਬਰਨਾਲਾ ਸਾਹਿਬ ਐਸਾ ਵਾਹਿਗੁਰੂ ਜੀ ਕਾ ਵੋ ਥਾ ਕਿ ਮੈਂ ਯਹਾਂ ਆਉਂ ਔਰ ਯਹਾਂ ਆਪਣੀ ਹਾਜ਼ਰੀ ਦੂੰ। ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਕੀ ਪਹਿਲੀ ਬਰਸੀ ਪਰ ਮੈਂ ਯਹਾਂ ਉਪਸਥਿਤ ਹੁਆ ਹੂੰ। ਸਰਦਾਰ ਬਰਨਾਲਾ ਸਾਹਿਬ ਕੇਵਲ ਔਰ ਕੇਵਲ ਪੰਜਾਬ ਹੀ ਨਹੀਂ, ਦੇਸ਼ ਹੀ ਨਹੀਂ, ਸਮਸਤ ਦੁਨੀਆ ਮੇਂ ਉਨਕਾ ਇੱਕ ਨਾਮ ਹੈ, ਇੱਕ ਅਮਿਟ ਛਾਪ ਹੈ ਜੋ ਉਹਨੇ ਲੋਕੋ ਕੇ ਦਿਲ ਪਰ ਛੋੜੀ ਹੈ। ਮੈਂ ਜ਼ਿਆਦਾ ਨਾ ਬੋਲਤੇ ਵੀ ਜੋ ਮੇਰੇ ਕੋ ਪੱਤਰ ਦਿਆ ਗਿਆ ਹੈ। ਜਸੀਲਾ ਸਾਹਿਬ ਆ ਗਏ ਤੇ ਜਸੀਲਾ ਸਾਹਿਬ ਦਰਵਾਜ਼ੇ ਦੇ ਠੋਕਰਾਂ ਨੂੰ ਕਹਿ ਰਿਹਾ ਹੋਵੇ ਵੀ ਜਥੇਦਾਰ ਜੀ ਨੂੰ ਸੋਫੇ ਤੇ ਬਿਠਾਓ ਤੇ ਚਾਹ ਪਿਲਾਓ। ਪਰ ਇਹ ਤੋਂ ਵੱਡੀ ਨਿਮਰਤਾ ਦੀ ਮਿਠਾਸ ਕੀ ਮਸਾਣ ਆ ਵੀ ਬਾਦਲ ਸਾਹਿਬ ਗੁੱਸਾ ਨਹੀਂ ਕਰਦੇ, ਇਹ ਗੱਲ ਸੱਚ ਵੀ ਆ। ਪਰ ਇੱਥੇ ਬਰੇਟੇ ਆਇਆ ਮੈਂ, ਉੱਥੇ ਨੌਜਵਾਨ ਸੀ ਜ਼ਿਆਦਾ ਜੋਸ਼ ਦੇ ਵਿੱਚ, ਕਿਸਾਨਾਂ ਦੇ ਹੱਥਕੜੀਆਂ ਲੱਗਦੀਆਂ ਸੀ। ਪਰ ਹੁਣ ਇਹਨੂੰ ਲਾਗੂ ਕਿਵੇਂ ਕਰੇਗਾ? ਮੈਂ ਕਿਹਾ ਜੇ ਆਜ਼ਾਦ ਹੋਵੇ ਤਾਂ ਲਾਗੂ ਵੀ ਕਰਨਾ। 1985 ਤੋਂ ਲੈ ਕੇ ਅੱਜ ਤੱਕ ਕਿਸੇ ਦੇ ਹੱਥ ਨੂੰ ਹੱਥਕੜੀ ਨਹੀਂ ਲੱਗੀ। ਇਹ ਦੇਰ ਸਰਦਾਰ ਬਰਨਾਲਾ ਦੀ ਉਸ ਸਮੇਂ ਦੀ ਸਰਕਾਰ ਦੀ ਹੈ। ਔਰ ਮੈਂ ਕਹਿ ਸਕਦਾ ਕਿ ਅਮਰ ਸ਼ਹੀਦ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਜਦੋਂ ਪਹਿਲੀ ਬਾਰਸੀ ਤੇ ਅਸੀਂ ਇਕੱਠੇ ਹੋਏ ਕਿ ਪੰਜਾਬ ਦੇ ਕਿਸਾਨਾਂ ਦੇ ਰਜਵਾਹੇ ਜਿਹੜੇ ਨੇ ਉਹ ਪੱਕੇ ਹੋਣੇ ਚਾਹੀਦੇ ਆ। ਪਾਣੀ ਟੁੱਟ ਜਾਂਦਾ, ਪਾਣੀ ਖਰਾਬ ਹੋ ਜਾਂਦਾ, ਜ਼ਮੀਨ ਖਰਾਬ ਹੋ ਜਾਂਦੀ ਆ। ਪਰ ਸਮਾਂ ਜਾਤ ਨਹੀਂ ਰਹਿੰਦਾ। ਪਰ ਮੈਂ ਮਾਣ ਨਾਲ ਕਹਿ ਸਕਦਾ ਕਿ ਮੈਨੂੰ ਇਸ ਥਾਂ ਤੇ ਲਿਆਉਣ ਦੇ ਵਿੱਚ ਜਦੋਂ ਅਸੀਂ ਯੂਥ ਅਕਾਲੀ ਦਲ ਬਣਾਇਆ, ਅਸੀਂ ਦੇਹਰਾ ਤੋਂ ਬਾਹਰ ਆ ਗਏ। ਮੈਂ ਤਾਂ ਸੱਚੀ ਗੱਲ ਆ ਪ੍ਰੋਫੈਸਰ ਲੱਗਣਾ ਚਾਹੁੰਦਾ ਸੀ। ਮੈਂ ਪ੍ਰੋਫੈਸਰ ਲੱਗ ਵੀ ਗਿਆ ਤੇ ਲੱਗਣ ਤੋਂ ਬਾਅਦ ਮੇਰੀ ਬਦਲੀ ਰਹੇ ਬੰਦੇ ਹੁੰਦੇ ਸੀ, ਧੜਿਆਂ ਵਿੱਚ ਪਾਰਟੀ ਬਣ ਜਾਂਦੀ ਸੀ, ਖੇਚਾ ਤੋਈ ਹੁੰਦੀ ਸੀ। ਮੈਂ ਕਿਹਾ ਜੇ ਨੌਜਵਾਨਾਂ ਨੂੰ ਲਾਮਬੰਦ ਕਰਨਾ, ਜੇ ਨੌਜਵਾਨਾਂ ਨੂੰ ਅਕਾਲੀ ਦਲ ਦੀਆਂ ਸਭਾ ਵਿੱਚ ਲੈ ਕੇ ਆਉਣਾ। ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਸਾਡੇ ਮਰਹੂਮ ਆਗੂ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਹਿਬ ਦੀ ਪਹਿਲੀ ਬਰਸੀ ਦੇ ਮੌਕੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਸਾਡੇ ਬਹੁਤ ਸਤਿਕਾਰਯੋਗ ਸਿੱਖ ਕੌਮ ਦੀ ਆਨ ਤੇ ਸ਼ਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਹਜ਼ੂਰੀ ਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ, ਫਤਿਹ ਅਸ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪੰਥ ਦੇ ਮਹਾਨ ਲੀਡਰ ਸਵਰਗੀ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਹਿਬ ਦੇ ਪਹਿਲੀ ਬਰਸੀ ਦੇ ਸੰਬੰਧ ਵਿੱਚ
गुरु महाराज के चरणों च अरदास बेनतियां करने वास्ते आए हैं। बरनाला साहब का जो चरना गुरु रूप साध संगत जी, वाहिगुरु जी का खालसा, वाहिगुरु जी की फतेह। साडे दरम्यान देश दे पंजाब दे खालसा पंथ दे महान लीडर सरदार सुरजीत सिंह बरनाला नहीं रहे। अज आपां सारे उन्हां दे परिवार समेत उन्हां दी पहली बरसी ते बड़े सत्कार साहेबा क्या नहीं करते रे, करता तेरे सब किस है जिसने सदा सिफत सलाह तेरी नाम मन वसावे, नाम जिनके कौन वसया वाचे शब्द करे कह नानक सुन हो संतो शब्द करो जिन्हां ने नाम जपिया वंड के छकिया देग चराई तेग वाही देख के अंडट कीता जिन्हां प्यारे सचेरियां की कमाई का ध्यान धरके खालसा जी भला जी चित्यावन का सदकार सर्व सुख होवे जहां जहां खालसा जी साहिब तहां तहर शरियाए देख तेग फतेह मर्द की पैज पंथ की जीत श्री साहब जी सहाय समूह परिवार समूह सिख संगत वालों पहला अपने ग्रह विखे अमृतमई बाणी श्री सजी अखर वादा घाटा भुल चुक मुआफ करना सतगुरु जी अगे समत बख्शनी इस नाम बाणी का महात्म कीर्तन का महात्म फल ਬਾਜਨਾ ਬਾਜਨਾ ਬਾਜਨਾ